ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ ਬੇਟਾ, ਕੀ ਹਾਲ ਚਾਲ ਨੇ? ਠੀਕ ਆ, ਸਭ ਠੀਕ ਠਾਕ? ਸਭ ਠੀਕ ਠਾਕ। ਸਿਹਤਾਂ ਚੰਗੀਆਂ? ਵਧੀਆ। ਤੇ ਲੱਡੂ ਬਣਾਉਣ ਦੀ ਤਿਆਰੀ ਪੂਰੀ ਕਰ ਰੱਖੀ ਤੁਸੀਂ? ਬਿਲਕੁਲ ਜੀ, ਬਿਲਕੁਲ। ਤੁਸੀਂ ਘਰ ਇਹੋ ਜਿਹੀਆਂ ਚੀਜ਼ਾਂ ਤਾਂ ਬਣਾਉਂਦੇ ਰਹਿੰਦੇ ਹੋਵੋਗੇ। ਹਾਂਜੀ। ਤੇ ਅੱਜ ਮੈਨੂੰ ਵੀ ਸਿਖਾਓਗੀ ਹਲਦੀ ਤੇ ਲੱਡੂ? ਜ਼ਰੂਰ ਸਿੱਖਣਾ ਜਾਵਾਂਗੀ ਤਾਂ ਜ਼ਰੂਰ ਬਣਾਵਾਂਗੀ ਬੇਟਾ। ਤੇ ਮੈਨੂੰ ਇਹ ਦੱਸੋ ਕਿ ਇਹਨਾਂ ਲੱਡੂਆਂ ਦਾ ਸਿਹਤ ਨੂੰ ਵੀ ਕੋਈ ਫਾਇਦਾ ਮਿਲਦਾ? ਹਾਂਜੀ, ਇਹਦਾ ਬਹੁਤ ਫਾਇਦਾ ਬੇਟਾ। ਇੱਕ ਤਾਂ ਖਾਣ ਨੂੰ ਵੀ ਟੇਸਟੀ, ਦੂਜਾ ਅੱਜ ਕੱਲ੍ਹ ਤੇਰੇ ਵਰਗੀਆਂ ਛੋਟੇ ਵੱਡੇ ਸਭ ਜੋੜਾਂ ਦੀਆਂ ਦਰਦਾਂ ਤੋਂ ਦੁਖੀ ਆ। ਹਾਂਜੀ ਹਾਂਜੀ। ਤੇ ਅਸੀਂ ਤਾਂ ਪਿੰਡ ਵਿੱਚ ਰਹਿੰਦੇ, ਸਾਨੂੰ ਤਾਂ ਪਤਾ ਹੀ ਹੈ ਕਿ ਇਹ ਚੀਜ਼ਾਂ ਮਿਲਦੀਆਂ। ਇਹਨਾਂ ਦੇ ਨਾਲ ਮਤਲਬ ਦੇਸੀ ਨੁਸਖੇ ਆ ਤੇ ਇਹਦੇ ਮਤਲਬ ਲੱਡੂ ਬਣਾ ਕੇ ਹਲਦੀ ਦੇ ਤੇ ਖਾਈਦੇ ਆ ਤੇ ਜੋੜਾਂ ਦੀਆਂ ਦਰਦਾਂ ਤੋਂ ਰਾਹਤ ਮਿਲ ਜਾਂਦੀ ਹੈ। ਮਤਲਬ ਕਿ ਇਹ ਖਾਣ 'ਚ ਵੀ ਸਵਾਦ ਦੇ ਤੇ ਸਿਹਤ ਲਈ ਵੀ ਬਹੁਤ ਹੀ ਚੰਗੇ ਨੇ। ਤੇ ਆਓ ਫਿਰ ਸ਼ੁਰੂ ਕਰੀਏ ਬਣਾਉਣਾ। ਚਲੋ ਬੇਟਾ, ਅਸੀਂ ਵੀ ਸ਼ੁਰੂ ਕਰ ਰਹੇ ਹਾਂ ਲੱਡੂ ਤਿਆਰ ਕਰਨਾ ਤੇ ਤੁਸੀਂ ਵੀ ਹੋ ਜਾਓ ਤਿਆਰ ਇਸ ਦਾ ਤਰੀਕਾ ਨੋਟ ਕਰਨ ਲਈ। ਤਾਈ ਜੀ, ਮੈਨੂੰ ਇਹ ਦੱਸੋ ਕਿ ਲੱਡੂ ਤਿਆਰ ਕਰਨ ਲਈ ਸਾਨੂੰ ਕੀ ਸਮਾਨ ਚਾਹੀਦਾ? ਆ ਬੇਟਾ, ਸਾਹਮਣੇ ਤੈਨੂੰ ਹਲਦੀ ਦਿਸਦੀ ਆ, ਇਹਨੂੰ ਭੁੰਨਣਾ ਆ। ਉਹ ਬੇਸਣ ਪਿਆ, ਇਹਨੂੰ ਘਿਓ ਵਿੱਚ ਭੁੰਨਣਾ। ਇਹ ਸ਼ੱਕਰ ਆ, ਇਹ ਬਦਾਮ ਆ, ਇਹ ਸੌਗੀ ਆ, ਮਗਜ਼ ਆ। ਹਾਂਜੀ ਤਾਈ ਜੀ, ਸਭ ਤੋਂ ਪਹਿਲਾਂ ਕੀ ਕਰਨਾ? ਸਭ ਤੋਂ ਪਹਿਲਾਂ ਬੇਟਾ ਹਲਦੀ ਭੁੰਨ ਲੈਂਦੇ ਹਾਂ। ਥੋੜ੍ਹੀ ਸਮੈਲ ਆਏਗੀ ਜਦੋਂ ਨਾ, ਖੁਸ਼ਬੂ ਆਉਣੀ ਸ਼ੁਰੂ ਹੋ ਜਾਏਗੀ। ਹਾਂ, ਖੁਸ਼ਬੂ ਆਏਗੀ ਤੇ ਸਮਝ ਲਓ ਕਿ ਭੁੱਜ ਗਈ। ਬਿਲਕੁਲ। ਹਾਂਜੀ, ਕਿੰਨੀ ਕੁ ਦੇਰ ਤੱਕ ਅਸੀਂ ਭੁੱਜਣਾ? ਬਸ 1-2 ਮਿੰਟ ਹੀ, ਬਹੁਤਾ ਨਹੀਂ, ਕਿਉਂਕਿ ਸੜੇਗੀ ਫਿਰ। ਠੀਕ ਹੈ, ਇੱਕ 2 ਮਿੰਟ ਲਈ ਇਹਨੂੰ ਭੁੰਨ ਕੇ, ਜ਼ਿਆਦਾ ਨਹੀਂ ਭੁੰਨਣਾ ਕਿ ਕਾਲੀ ਪੈ ਜਾਏਗੀ ਭੁੱਜਦੇ ਭੁੱਜਦੇ। ਬਿਲਕੁਲ। ਇਹ ਚੀਜ਼ ਨੋਟ ਕਰਨ ਵਾਲੀ ਹੈ ਕਿ ਹਲਦੀ ਨੂੰ ਅਸੀਂ ਸੁੱਕਾ ਹੀ ਭੁੰਨਾਂਗੇ ਸਭ ਤੋਂ ਪਹਿਲਾਂ, ਤਾਂ ਕਿ ਲੱਡੂਆਂ ਦੇ ਵਿੱਚ ਉਸਦਾ ਸਵਾਦ ਬਰਕਰਾਰ ਰਹੇ। ਦੇਖਣਾ, ਤੁਹਾਨੂੰ ਆਉਂਦੀ ਹੈ ਸਮੈਲ ਭੁੱਜਣ ਦੀ? ਹਾਂਜੀ, ਬਿਲਕੁਲ ਆਉਣੀ ਸ਼ੁਰੂ ਹੋ ਗਈ ਹੈ। ਬਸ ਹੁਣ ਅਸੀਂ ਇਹਨੂੰ ਲਾ ਲਾਂਗੇ, ਇਹਨੂੰ ਲਾ ਕੇ ਹੇਠਾਂ। ਹਾਂਜੀ, ਇਸੇ ਬਰਤਨ 'ਚ ਕੱਢ ਲੈਂਦੇ ਹਾਂ। ਲਓ ਜੀ, ਹਲਦੀ ਤਾਂ ਹੁਣ ਹੋ ਗਈ ਸਾਫ਼ ਨਾ। ਹਾਂਜੀ, ਹੋ ਗਈ ਸਾਡੀ ਹਲਦੀ ਤਿਆਰ। ਹਾਂਜੀ, ਹੁਣ ਅਸੀਂ ਕੀ ਕਰਾਂਗੇ? ਹੁਣ ਬੇਟਾ ਘਿਓ ਪਾ ਲੈਂਦੇ ਹਾਂ। ਠੀਕ ਹੈ, ਘਿਓ ਪਾ ਕੇ ਆ ਸਾਰਾ ਘਿਓ ਜਿੰਨਾ ਹੈ ਨਾ, ਇੰਨੇ ਮਤਲਬ ਸਮੱਗਰੀ ਦੇ ਵਿੱਚ ਸਾਰਾ ਘਿਓ ਪਏਗਾ, ਪਏਗਾ, ਕਿਉਂਕਿ ਬੇਸਣ ਦੇ ਵਾਸਤੇ, ਭੁੰਨਣ ਵਾਸਤੇ ਘਿਓ ਜਿਹੜਾ ਘਿਓ ਜ਼ਿਆਦਾ ਚਾਹੀਦਾ ਚਾਹੀਦਾ, ਇਸ ਕਰਕੇ ਘਿਓ ਪਾ ਦਿੰਦੇ ਸਾਰਾ। ਦੇਖੋ ਬੇਟਾ, ਹੁਣ ਘਿਓ ਹੋ ਗਿਆ ਨਾ ਗਰਮ। ਹਾਂਜੀ, ਬਿਲਕੁਲ ਗਰਮ ਹੋ ਗਿਆ, ਤੜਦੀ ਆਵਾਜ਼ ਆਉਣ ਲੱਗੀ। ਤੇ ਹੁਣ ਇਹਦੇ ਵਿੱਚ ਬੇਸਣ ਪਾ ਦਿੰਦੇ ਹਾਂ। ਠੀਕ ਹੈ ਜੀ, ਇਹਨੂੰ ਬੇਟਾ ਬੇਸਣ ਨੂੰ ਉੰਨੀ ਦੇਰ ਆਪਾਂ ਭੁੰਨਦੇ ਰਹਿਣਾ, ਜਿੰਨੀ ਦੇਰ ਇਹ ਭੁੱਜ ਕੇ ਇਹਦੇ ਵਿੱਚੋਂ ਆ ਜਿਹੜਾ ਘਿਓ ਅਸੀਂ ਪਾਇਆ ਜਿੰਨਾ ਕੁ, ਹਾਂਜੀ, ਮੁੜ ਕੇ ਮਤਲਬ ਐਨ ਇਹਦੇ ਵਿੱਚ ਰੱਖ ਕੇ ਤੇ, ਹਾਂਜੀ, ਮਤਲਬ ਬੇਸਣ ਘਿਓ ਛੱਡ ਦੇਗਾ, ਛੱਡ ਦੇ, ਹੈ ਨਾ। ਹਾਂਜੀ, ਫਿਰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਬੇਸਣ ਪੂਰੀ ਬਿਲਕੁਲ ਪੱਕ ਚੁੱਕਿਆ ਸਾਡਾ, ਨਹੀਂ ਛੱਡੇਗਾ ਤੇ ਉੰਨੀ ਦੇਰ ਅਸੀਂ ਮਤਲਬ ਇਹਨੂੰ ਪੱਕਿਆ ਨਹੀਂ ਸਮਝਾਂਗੇ। ਵਨ ਸਵੰਨੇ ਲੱਡੂ ਤਾਂ ਤੁਸੀਂ ਘਰ ਬਣਾ ਕੇ ਜਾਂ ਬਾਹਰ ਜ਼ਰੂਰ ਖਾਏ ਹੋਣਗੇ, ਪਰ ਜੇ ਤੁਸੀਂ ਖਾਣੇ ਨੇ ਹਲਦੀ ਦੇ ਲੱਡੂ ਤਾਂ ਘਰ ਬਣਾ ਕੇ ਜ਼ਰੂਰ ਖਾਇਓ। ਬੇਸਣ ਤਾਂ ਸਾਡਾ ਭੁੱਜ ਰਿਹਾ। ਤਾਈ ਜੀ, ਉੰਨੀ ਦੇਰ ਮੈਨੂੰ ਇਹ ਦੱਸੋ ਕਿ ਚੁੱਲ੍ਹੇ ਚੌਂਕੇ ਦੇ ਕੰਮ ਤੋਂ ਇਲਾਵਾ ਹੋਰ ਤੁਸੀਂ ਕੀ ਕਰਦੇ ਹੋ ਸਾਰਾ ਦਿਨ? ਮੈਂ ਘਰ ਵਿੱਚ ਮੱਝਾਂ ਰੱਖੀਆਂ ਹੋਈਆਂ। ਹਾਂਜੀ, ਉਹਨਾਂ ਨੂੰ ਪੱਠਾ ਦਿੱਤਾ ਪਾਉਣਾ। ਠੀਕ ਹੈ ਜੀ, ਪਾਣੀ ਪਿਲਾਉਣਾ, ਡਾਉਣਾ, ਫਿਰ ਉਹ ਧਾਰ ਚੋਣੀ, ਤੱਤਾ ਠੰਡਾ ਰਿੜਕਣਾ ਕਰਨਾ, ਬਰਤਨ ਚਾਟੀਆਂ ਵਧਾਉਣੀਆਂ ਧੋਣੀਆਂ, ਬਿਲਕੁਲ ਸ਼ੌਂਕ। ਤੇ ਦੂਸਰਾ, ਮੈਂ ਮੇਰੀ ਜ਼ਮੀਨ ਵੀ ਹੈਗੀ ਥੋੜ੍ਹੀ ਬਹੁਤੀ। ਠੀਕ ਹੈ, ਮੈਨੂੰ ਗਾਰਡਨਿੰਗ ਦਾ ਵੀ ਸ਼ੌਂਕ ਆ। ਤਾਈ ਜੀ, ਤੁਹਾਡੇ ਤਾਂ ਬੜੇ ਵਧੀਆ ਸ਼ੌਂਕ ਨੇ, ਤੁਸੀਂ ਗਾਰਡਨਿੰਗ ਕਰਦੇ ਹੋ, ਘਰ ਵੀ ਸਾਂਭਦੇ ਹੋ, ਤੇ ਹੋਰ ਸਾਰਾ ਦਿਨ ਮਨੋਰੰਜਨ ਵਾਸਤੇ ਕੀ ਕਰਦੇ ਹੋ? ਮੈਂ ਬੇਟਾ ਅਧਿਆਪਕ ਸੀ, ਹੁਣ ਤਾਂ ਮੈਂ ਰਿਟਾਇਰ ਹੋ ਗਈ ਹਾਂ। ਹਾਂਜੀ, ਤੇ ਮੈਂ ਬੱਚਿਆਂ ਨੂੰ ਨਾ ਕਵਿਤਾ ਪੜ੍ਹਾਉਂਦੀ ਹੁੰਦੀ ਸੀ ਬੜੇ ਸ਼ੌਂਕ ਨਾਲ। ਤੇ ਕੋਈ ਵੀ ਕਵਿਤਾ ਜੋ ਤੁਹਾਡੇ ਜ਼ਹਿਨ ਵਿੱਚ ਹਜੇ ਵੀ ਹੋਏ ਉਹ ਸਾਨੂੰ ਜ਼ਰੂਰ ਸੁਣਾਓ। ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ। ਬਹੁਤ ਹੀ ਖੂਬਸੂਰਤ ਗਾਇਆ ਤਾਈ ਜੀ, ਤੁਸੀਂ ਤਾਂ ਐਵੇਂ ਹੀ ਡਰਦੇ ਸੀਗੇ। ਬੇਸਣ ਦਾ ਰੰਗ ਬਹੁਤ ਹੀ ਖੂਬਸੂਰਤ ਨਿਖਰ ਕੇ ਆਇਆ। ਹਾਂਜੀ, ਬਹੁਤ ਵਧੀਆ, ਦੇਖ ਲਓ ਹੈ ਨਾ। ਅਸੀਂ ਸ਼ੱਕਰ ਅਤੇ ਮੇਵੇ ਕਦੋਂ ਪਾਵਾਂਗੇ ਹੁਣ? ਇਹ ਬੇਟਾ ਹੁਣ ਦੇਖੋ ਨਾ, ਇਹ ਹੋ ਗਿਆ ਤਿਆਰ। ਹਾਂਜੀ, ਇਹਦੇ ਵਿੱਚ ਆ ਜਿਹੜੀ ਪਹਿਲਾਂ ਆਪਾਂ ਭੁੰਨੀ ਨਾ ਹਲਦੀ, ਹਾਂਜੀ, ਇਹ ਪਹਿਲਾਂ ਪਾ ਲਈ। ਤੇ ਹੁਣ ਬੇਸਣ ਤਿਆਰ ਹੋ ਗਿਆ ਤਾਂ ਮਤਲਬ ਅਸੀਂ ਹਲਦੀ ਪਾ ਹਲਦੀ ਪਾ ਦੇਣੀ ਆ, ਕਿਉਂ ਦੇਖਦੇ ਹੋ ਨਾ ਰੰਗ ਵੀ ਬਦਲ ਗਿਆ, ਉਹ ਵੀ ਛੱਡ ਦਿੱਤਾ। ਹਾਂਜੀ, ਤੇ ਹੁਣ ਇਹ ਜਿਹੜੀ ਭੁੰਨੀ ਸੀ ਇਹਨੂੰ ਹਲਦੀ ਨੂੰ ਹਲਦੀ ਪਾਓ। ਅੱਛਾ ਬੇਟਾ, ਹੁਣ ਦੇਖਦੇ ਹਾਂ ਨਾ ਤੁਸੀਂ। ਹਾਂਜੀ, ਇਹ ਹੁਣ ਸਾਡੀ ਬਿਲਕੁਲ ਹਲਦੀ ਤੇ ਬੇਸਣ ਜਿਹੜਾ ਭੁੱਜ ਗਿਆ, ਤਿਆਰ ਹੋ ਗਿਆ। ਹੁਣ ਅਸੀਂ ਲਾ ਲੈਂਦੇ ਇਹਨੂੰ। ਹੁਣ ਬਿਲਕੁਲ ਭੁੱਜ ਚੁੱਕਿਆ ਸਾਡੀ? ਹਾਂ, ਬਿਲਕੁਲ ਭੁੱਜ ਗਿਆ। ਇਹਨੂੰ ਲਾ ਕੇ ਤੇ ਬਾਕੀ ਸਮਾਨ ਦੇ ਵਿੱਚ ਮਿਲਾ ਦੇਣਾ ਹੈ। ਐਸੀ ਵਿੱਚ ਪਾ ਦਿੱਤੇ ਹੁਣ? ਹਾਂ, ਤੇ ਐਸ ਤੇ ਨਾਲ ਅਸੀਂ ਸ਼ੱਕਰ ਮਿਲਾ ਰਹੇ ਹਾਂ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਣਾ। ਹਾਂਜੀ, ਬਿਲਕੁਲ, ਇਹਨੂੰ ਚੰਗੀ ਤਰ੍ਹਾਂ ਵਿੱਚ ਕਰ ਲਓ ਤੇ ਪਰ ਠੰਡੇ ਹੋ, ਜਦੋਂ ਹੋ ਜਾਏਗਾ ਨਾ ਸਾਰਾ ਮਾਲ, ਉਦੋਂ ਅਸੀਂ ਪੇੜ ਵਰਤ ਲੈਣਗੇ ਲੱਡੂ।
ਲੈ ਫਿਰ ਹੁਣ ਤੈਨੂੰ ਦਵਾਂ ਨਾ ਤੂੰ ਸਵਾਦ ਦੇਖ ਕੇ ਚੱਖ ਕੇ ਤੇ ਫਿਰ ਮੈਨੂੰ ਦੱਸਣਾ ਹਾਂਜੀ ਕਿਵੇਂ ਦੇ ਹੁਣ ਤਾਈ ਜੀ ਦੇ ਬਣੇ ਤਾਈ ਜੀ ਦੇ ਹੱਥਾਂ ਦੇ ਲੱਡੂ ਬਣੇ ਹਨ वाह जी लड्डू हो गए ने तैयार ते इस तो पहला कि मैं खा के देखा कि किन्ने कु स्वाद बने ने ते तुहानू भी दसा उस तो पहला एक बार फिर नोट कर लो कि असी ये लड्डू किवें तैयार किते ने वाह ताई जी लड्डू तो बहुत ही स्वाद बने ने यह लड्डू इन्ने स्वाद ने कि खा के स्वाद ही आ गया ताई जी तुहाडे हत्थां च तां जादू है तुसी सानू इन्ने स्वाद लड्डू बना के खवाए तुहाडा बहुत बहुत धन्यवाद तुहाडा भी बहुत धन्यवाद।